ਅਸਲਾਮ ਵਾਲੇਕੁਮ ਸੱਜਣੋ, ਅੱਜ ਤੋਂ ਅਸੀਂ ਪੰਜਾਬੀ ਪ੍ਰਚਾਰ ਟੀਵੀ 'ਤੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ। ਰੋਜ਼ਾਨਾ ਦੀ ਬੁਨਿਆਦ 'ਤੇ ਪ੍ਰੋਗਰਾਮ ਹੋਇਆ ਕਰੇਗਾ। ਕੋਸ਼ਿਸ਼ ਕਰਿਆ ਕਰਾਂਗੇ ਕਿ ਰੋਜ਼ ਅਸੀਂ ਇੱਕ ਨਵੀਂ ਖਬਰ ਲੈ ਕੇ ਆਈਏ, ਉਹਦੇ ਉੱਤੇ ਡਿਸਕਸ ਕਰੀਏ। ਉਹ ਮਸਾਇਲ ਜਿਹੜੇ ਆਮ ਤੌਰ 'ਤੇ ਮੀਡੀਆ ਡਿਸਕਸ ਨਹੀਂ ਕਰਦਾ, ਪਰ ਇਸ ਮੁਲਕ ਦੇ ਨਾਲ ਜੁੜੇ ਹੋਏ ਆ, ਲੁਕਾਈ ਦੇ ਨਾਲ, ਇਸ ਧਰਤੀ ਦੇ ਨਾਲ ਜੁੜੇ ਹੋਏ ਆ, ਔਰ ਬੁਨਿਆਦੀ ਮਸਾਇਲ ਆ ਲੋਕਾਂ ਦੇ, ਉਹਨਾਂ ਨੂੰ ਡਿਸਕਸ ਕਰਿਆ ਕਰਾਂਗੇ। ਪ੍ਰੋਗਰਾਮ ਬੈਠਕ ਦੇ ਵਿੱਚ ਅਸੀਂ ਹਰ ਰੋਜ਼ ਕੋਸ਼ਿਸ਼ ਕਰਿਆ ਕਰਾਂਗੇ ਕਿ ਆਈਏ, ਹਰ ਰੋਜ਼ ਨਾ ਵੀ ਆ ਸਕੇ ਤਾਂ ਹਫ਼ਤੇ ਦੇ ਵਿੱਚ 4-5 ਵਾਰੀ ਜ਼ਰੂਰ ਅਸੀਂ ਆਇਆ ਕਰਾਂਗੇ ਅਤੇ ਤੁਹਾਡੇ ਅੱਗੇ ਉਹ ਮਸਾਇਲ ਡਿਸਕਸ ਕਰਿਆ ਕਰਾਂਗੇ, ਜਿਹੜੇ ਇਸ ਧਰਤੀ ਦੇ ਮਸਾਇਲ ਆ, ਜਿਹੜੇ ਇੱਥੇ ਦੇ ਲੋਕਾਂ ਦੇ ਮਸਾਇਲ ਆ, ਜਿਹੜੇ ਇੱਥੇ ਦੇ ਵਸਨੀਕਾਂ ਦੇ ਮਸਾਇਲ ਆ, ਅਤੇ ਜਿਹੜੇ ਆਮ ਲੋਕਾਂ ਦੇ ਮਸਾਇਲ ਆ। ਅਤੇ ਅੱਜ ਅਸੀਂ ਜਿਹੜਾ ਪਹਿਲੇ ਪ੍ਰੋਗਰਾਮ ਦੇ ਵਿੱਚ ਮਸਲਾ ਡਿਸਕਸ ਕਰਨ ਲੱਗੇ ਹਾਂ, ਉਹ ਹੈ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਉਹਨਾਂ ਦੇ ਬਾਰੇ 'ਚ। ਪਰ ਪੈਟਰੋਲ ਦੀਆਂ ਕੀਮਤਾਂ 'ਤੇ ਹਰ ਕੋਈ ਡਿਸਕਸ ਕਰ ਰਿਹਾ, ਉਹਦੇ ਨਾਲ ਨਾਲ ਇੱਕ ਡੀਜ਼ਲ ਦੀ ਕੀਮਤ ਵੀ ਵੱਧ ਗਈ ਆ, ਅਤੇ ਡੀਜ਼ਲ ਦੀ ਕੀਮਤ ਵਧਣ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਅਸਰ ਪੈ ਰਿਹਾ, ਉਹ ਕਿਸਾਨਾਂ 'ਤੇ ਪੈ ਰਿਹਾ। ਟਰਾਂਸਪੋਰਟ 'ਤੇ ਤਾਂ ਪੈ ਹੀ ਰਿਹਾ ਕਿ ਚਲੋ ਕਿਰਾਏ ਵੱਧ ਜਾਂਦੇ ਆ, ਪਰ ਕਿਸਾਨ ਜਿਹੜਾ ਸਾਡੇ 70% ਮਈਸ਼ਤ ਆ ਪਾਕਿਸਤਾਨ ਦੀ, ਜਿਹੜਾ ਆਬਾਦੀ ਦਾ 70% ਹਿੱਸਾ ਵਾ, ਉਹਦੇ ਉੱਤੇ ਡਾਇਰੈਕਟਲੀ ਇਹਦਾ ਅਸਰ ਪੈ ਰਿਹਾ, ਉਹਦੇ ਬਾਰੇ 'ਤੇ ਅਸੀਂ ਡਿਸਕਸ ਕਰਾਂਗੇ। ਜਨਾਬੇ ਅਹਿਮਦ ਰਜ਼ਾ ਸਾਹਿਬ ਅੱਜ ਸਾਡੇ ਨਾਲ ਪ੍ਰੋਗਰਾਮ 'ਚ ਬੈਠੇ ਹੋਏ ਆ। ਆਪ ਦਾ ਤੱਲਕ ਪੰਜਾਬ ਦੇ ਨਾਲ, ਇੱਕ ਪੰਜਾਬ ਦਾ ਬੜਾ ਕਦੀਮ ਅਤੇ ਮਸ਼ਹੂਰ ਅਤੇ ਰਿਮੋਟ ਏਰੀਆ, ਜਿਹੜਾ ਬਹੁਤ ਦੂਰ ਦਰਾਜ ਇਲਾਕਾ, ਮਿੰਚਨਾਬਾਦ, ਆਪ ਉੱਥੇ ਦੇ ਨਾਲ ਤੱਲਕ ਰੱਖਦੇ ਆ, ਉੱਥੇ ਜ਼ਿੰਮੇਦਾਰਾ ਵੀ ਆਪਦਾ, ਔਰ ਨਾਲ ਹੀ ਨਾਲ ਪੰਜਾਬ ਦੀ ਸਿਆਸਤ ਦੇ ਉੱਤੇ, ਪੰਜਾਬ ਦੀ ਸਕਾਫਤ ਦੇ ਉੱਤੇ ਵੀ ਇਹਨਾਂ ਦੀ ਗਹਿਰੀ ਨਜ਼ਰ ਆ। ਜਨਾਬ ਅਹਿਮਦ ਰਜ਼ਾ ਸਾਹਿਬ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ ਤੁਸੀਂ ਜੀ, ਸ਼ੁਕਰੀਆ ਮੀਆਂ ਸਾਹਿਬ, ਸ਼ੁਕਰੀਆ ਸਰ। ਅਤੇ ਅੱਜ ਸਾਡੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰੋ ਅਤੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਜਿਹੜਾ ਪੈਟਰੋਲ ਦੀਆਂ ਕੀਮਤਾਂ ਵਧੀਆਂ ਅਤੇ ਜਿਹੜਾ ਉਹਦੇ ਵਿੱਚ ਡੀਜ਼ਲ ਦੀ ਕੀਮਤ ਖਾਸ ਕਰ ਵਧੀ ਆ, ਉਹਦੇ ਕੀ ਅਸਰਾਤ ਹੋਣਗੇ, ਜ਼ਰਾ ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ। ਬਿਲਕੁਲ ਸਹੀ ਗੱਲ ਕੀਤੀ ਮੀਆਂ ਸਾਹਿਬ ਤੁਸੀਂ, ਔਰ ਅੱਜ ਦਾ ਇਹ ਜਿਹੜਾ ਟੋਪਿਕ ਹੈ ਇਸ 'ਤੇ ਗੱਲ ਕਰਨ ਵਾਸਤੇ ਮੈਂ ਸਪੈਸ਼ਲੀ ਤੁਹਾਡਾ ਸ਼ੁਕਰੀਆ ਅਦਾ ਕਰਨਾ। ਔਰ ਅੱਗੇ ਜੋ ਤੁਸੀਂ ਪ੍ਰੋਗਰਾਮ ਸ਼ੁਰੂ ਕਰ ਰਹੇ ਹੋ, ਇਹ ਬਿਲਕੁਲ ਹੋਣਾ ਚਾਹੀਦਾ ਸੀ ਕਿ ਸਾਡੇ ਆਮ ਬੰਦੇ ਦੀਆਂ ਗੱਲਾਂ, ਉਹ ਜਿਹੜਾ ਸਾਡਾ ਮੇਨ ਮੀਡੀਆ ਹੈ, ਉੱਥੇ ਗੱਲਾਂ ਨਹੀਂ ਆਉਂਦੀਆਂ, ਉੱਥੇ ਸਿਰਫ ਸਿਆਸਤ ਡਿਸਕਸ ਹੁੰਦੀ ਹੈ, ਔਰ ਸਿਆਸਤ ਵੀ ਉਹ ਜਿਹੜੀ ਸਿਆਸੀ ਸ਼ਔਰ ਬੇਦਾਰ ਨਹੀਂ ਕਰਦੀ, ਬਲਕਿ ਸਿਆਸਤ ਤੋਂ ਦੂਰ ਕਰਦੀ, ਇੱਕ ਨਫ਼ਰਤ ਪੈਦਾ ਕਰਦੀ ਸਿਆਸਤ ਦੇ ਅੰਦਰ। ਸੋ ਜਿਹੜਾ ਅੱਜ ਦਾ ਤੁਹਾਡਾ ਸਵਾਲ ਹੈ ਕਿ ਪੈਟਰੋਲ ਔਰ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਵਧੀਆਂ, ਇਸ ਨੂੰ ਅਸੀਂ ਕਿਵੇਂ ਵੇਖਦੇ ਹਾਂ? ਦੇਖੋ, ਜਿਹੜੇ ਸਾਡੇ ਜੇ ਥਰਡ ਵਰਲਡ ਕੰਟਰੀਜ਼ ਹੁੰਦੇ ਨੇ, ਉੱਥੇ ਇਹਨਾਂ ਕੀਮਤਾਂ ਦਾ ਤਾਲੁਕ ਸਿਰਫ ਪੈਟਰੋਲ ਔਰ ਡੀਜ਼ਲ ਦਾ, ਪੈਟਰੋਲ ਔਰ ਡੀਜ਼ਲ ਦੇ ਨਾਲ ਨਹੀਂ ਹੋਏਗਾ, ਇਹਦਾ ਹਰ ਇੱਕ ਚੀਜ਼ ਦੇ ਨਾਲ ਇਹਦਾ ਤਾਲੁਕ ਹੁੰਦਾ ਹੈ। ਔਰ ਰਾਤੋਂ ਹੀ ਰਾਤ ਹਰ ਚੀਜ਼ ਦੀਆਂ ਜਿਹੜੀਆਂ ਕੀਮਤਾਂ ਹਨ, ਉਹ ਅਸਮਾਨ ਨਾਲ ਗੱਲਾਂ ਕਰਨ ਲੱਗ ਜਾਂਦੀਆਂ। ਇੱਥੇ ਗੁਰਬਤ ਪਹਿਲੇ ਹੀ ਜਿਸ ਦੀ ਮਾਰਾਮਾਰੀ ਹੈ, ਔਰ ਆਮ ਬੰਦੇ ਦਾ ਜੀਣਾ ਔਖਾ ਹੋਇਆ ਹੋਇਆ, ਉੱਥੇ ਅਚਾਨਕ ਇਸ ਤਰੀਕੇ ਦੇ ਨਾਲ ਕੀਮਤਾਂ ਦਾ ਵੱਧ ਜਾਣਾ, ਔਰ ਜਦੋਂ ਅਸੀਂ ਵੇਖਦੇ ਹਾਂ ਕਿ ਆਲਮੀ ਮੰਡੀ ਦੇ ਨਾਲ ਜਦੋਂ ਅਸੀਂ ਤਨਾਜ਼ਰ ਕਰਦੇ ਹਾਂ, ਤਾਂ ਉਦੋਂ ਸਾਨੂੰ ਇੱਕ ਵਾਜ਼ੇ ਫਰਕ ਸਾਨੂੰ ਲੱਗਦਾ ਹੈ। ਜਿਹੜੀ ਵੀ ਹਕੂਮਤ ਆਉਂਦੀ ਹੈ, ਉਹ ਅਦਾਦੋ ਸ਼ੁਮਾਰ ਦੇ ਜਿਤਨੇ ਬੰਬਲ ਗੂਸੇ ਸਾਨੂੰ ਪਾਉਣ ਦੀ ਕੋਸ਼ਿਸ਼ ਕਰਦੀ ਹੈ, ਲੇਕਿਨ ਇਹ ਕਦੀ ਨਹੀਂ ਕਰਦੀ ਕਿ ਉਹਨਾਂ ਅਦਾਦੋ ਸ਼ੁਮਾਰ ਦੇ ਬੰਬਲ ਗੂਸਿਆਂ ਦੇ ਵਿੱਚੋਂ ਸਾਨੂੰ ਕੱਢ ਕੇ ਕੋਈ ਅਵਾਮੀ ਰਿਲੀਫ ਦਿੱਤਾ ਜਾਵੇ। ਸੋ ਕੱਲ੍ਹ ਜਿਹੜੀਆਂ ਕੀਮਤਾਂ ਵਧੀਆਂ ਪੈਟਰੋਲ ਔਰ ਡੀਜ਼ਲ ਦੀਆਂ, ਉਹਦੇ ਵਿੱਚ ਪੈਟਰੋਲ ਦੀ ਤਾਂ ਗੱਲ ਕਿਤੇ ਨਾ ਕਿਤੇ ਡਿਸਕਸ ਹੋ ਜਾਂਦੀ ਹੈ, ਲੇਕਿਨ ਇਹ ਖਾਸ ਜਿਹੜੀ ਚੀਜ਼ ਹੈ ਡੀਜ਼ਲ ਡਿਸਕਸ ਨਹੀਂ ਹੋ ਰਹੀ ਆ। ਔਰ ਡੀਜ਼ਲ ਦਾ ਡਾਇਰੈਕਟ ਤਲਕ ਹੈ ਤੁਹਾਡੀ ਜ਼ਰਾਤ ਦੇ ਨਾਲ। ਪੰਜਾਬ ਦੇ ਨਾਲ ਸਾਡਾ ਇੱਕ ਵੱਡਾ ਜਿਹੜਾ ਇੱਕ ਦਰਾਅ ਹੋਇਆ, ਉਹ ਇਹ ਹੋਇਆ ਕਿ ਸਾਡਾ ਜਿਹੜਾ ਨਹਿਰੀ ਪਾਣੀ, ਇੱਕ ਨਹਿਰੀ ਨਿਜ਼ਾਮ ਪੰਜਾਬ ਦੇ ਅੰਦਰ ਬੜਾ ਖੂਬਸੂਰਤ ਨਿਜ਼ਾਮ ਸੀ, ਔਰ ਫਸਲਾਂ ਸੈਰਾਬ ਹੁੰਦੀਆਂ ਸੀ, ਔਰ ਬੜੇ ਹੈਡ ਵਰਕਸ ਬਣੇ ਹੋਏ, ਬੜੇ ਦਰਿਆ ਕੱਢੇ ਗਏ, ਛੋਟੀਆਂ ਨਹਿਰਾਂ ਉਹਨਾਂ ਦੇ ਵਿੱਚੋਂ ਕੱਢੀਆਂ ਗਈਆਂ,
ਪੂਰਾ ਇੱਕ ਸਿਸਟਮ ਉਹ ਦਿੱਤਾ ਗਿਆ ਕਿ ਜਿਹਦੇ ਨਾਲ ਜ਼ਰਾਤ ਦੀ ਬਿਹਤਰੀ ਆ ਸਕੇ, ਔਰ ਯਕੀਨਨ ਜ਼ਰਾਤ ਦੀ ਸੂਰਤ ਹਾਲ ਬਹੁਤ ਬਿਹਤਰ ਵੀ ਹੋਈ। ਲੇਕਿਨ ਉਸ ਤੋਂ ਬਾਅਦ ਕੀ ਹੋਇਆ ਕਿ ਸਾਡੇ ਦਰਿਆ ਜਿਹੜੇ ਪੰਜਾਬ ਦੇ ਸਨ, ਉਹ ਪੰਜਾਬ ਦੇ ਕੋਲ ਦਰਿਆ ਹੀ ਨਹੀਂ ਰਹੇ, ਉਹ ਦਰਿਆ ਸਾਡੇ ਕੁਛ ਜਿਹੜੇ ਵੱਡੇ ਲੀਡਰ ਸਨ ਉਹਨਾਂ ਨੇ ਵੇਚ ਦਿੱਤੇ। ਉਹ ਲੀਡਰ ਕੌਣ ਸਨ? ਇਹਦੇ 'ਤੇ ਪੂਰਾ ਅਸੀਂ ਪ੍ਰੋਗਰਾਮ ਕਰਾਂਗੇ ਕਿ ਪੰਜਾਬ ਦੇ ਨਾਲ ਕਿ ਸਾਜ਼ਿਸ਼ ਦੇ ਤਹਿਤ ਪੰਜਾਬ ਦਾ ਪਾਣੀ ਵੇਚਿਆ ਗਿਆ। ਅੱਜ ਹੋ ਇਹ ਰਿਹਾ ਹੈ ਕਿ ਉਹ ਖਿੱਤਾ ਜਿਹਦਾ ਤੁਹਾਡਾ 70 ਤੋਂ 80% ਬੰਦਾ ਜ਼ਰਾਤ ਦੇ ਨਾਲ ਜੁੜਾ ਹੋਇਆ ਹੈ, ਔਰ ਤਕਰੀਬਨ 100% ਬੰਦਾ ਹੀ ਜ਼ਰਾਤ ਦੇ ਨਾਲ ਜੁੜਾ ਹੋਇਆ, ਕੁਛ ਤਾਂ ਡਾਇਰੈਕਟ ਹੈ ਔਰ ਬਾਕੀ ਇਨਡਾਇਰੈਕਟ ਹੋਣਗੇ। ਜ਼ਰਾਤ ਦੀ ਜਿਤਨੀ ਪੋਜੀਸ਼ਨ ਬਿਹਤਰ ਹੋਏਗੀ, ਉਤਨੀ ਇੱਥੇ ਬਿਹਤਰੀ ਦੀ ਸੂਰਤ ਹਾਲ ਸਾਨੂੰ ਵੇਖਣ ਨੂੰ ਮਿਲੇਗੀ, ਔਰ ਜਿਤਨੀ ਉਹਦੀ ਹਾਲਤ ਖਰਾਬ ਹੋਏਗੀ ਉਤਨਾ ਇੱਥੋਂ ਦਾ ਮਾਹੌਲ ਖਰਾਬ ਹੋਏਗਾ। ਮਾਹੌਲ ਤੋਂ ਮੁਰਾਦ ਮੇਰੀ ਹੈ ਕਿ ਇੱਥੋਂ ਦਾ ਜਿਹੜਾ ਇੱਕ ਆਮ ਸਾਡਾ ਮੁਆਸ਼ਰਤ ਹੈ ਉਹਦੇ ਵਿੱਚ ਅਬਤਰੀ ਦੀ ਜਿਹੜੀ ਹਾਲਤ ਹੈ ਉਹ ਮਜ਼ੀਦ ਵੱਧ ਜਾਏਗੀ। ਡੀਜ਼ਲ ਦਾ ਅਗਰ ਅਸੀਂ ਦੇਖੀਏ ਤਾਂ ਇੱਥੇ ਪਾਣੀ ਤਾਂ ਹੈ ਨਹੀਂ, ਨਹਿਰੀ ਪਾਣੀ ਤਾਂ ਦਿੱਤਾ ਨਹੀਂ ਗਿਆ। ਹੁਣ ਕਿਸਾਨ ਜਦੋਂ ਫਸਲ ਉਗਾਉਂਦਾ ਹੈ ਤਾਂ ਉਹਦੇ ਵਾਸਤੇ ਛੋਟੇ ਕਿਸਾਨ ਵਾਸਤੇ ਇੱਕੋ ਹੀ ਜ਼ਰੀਆ ਹੁੰਦਾ ਹੈ, ਉਹ ਹੁੰਦਾ ਹੈ ਪੀਟਰ ਇੰਜਨ ਜਾਂ ਡੀਜ਼ਲ ਇੰਜਨ ਦੇ ਨਾਲ। ਹੁਣ ਅਗਰ ਅਸੀਂ ਐਵਰੇਜ ਲਾਈਏ ਤਾਂ ਇੱਕ ਦਿਨ ਦਾ, ਅਗਰ ਮੁੰਜੀ ਦੀ ਫਸਲ ਦੀ ਲਾਈਏ ਤਾਂ ਮੁੰਜੀ ਦੀ ਫਸਲ ਨੂੰ ਕੋਈ ਅੰਦਾਜ਼ਨ 100 ਦਿਨ ਤੁਹਾਨੂੰ 4 ਤੋਂ 5 ਲੀਟਰ ਪਾਣੀ ਉਹ ਤੁਹਾਨੂੰ ਲਾਉਣਾ ਹੀ ਪੈਣਾ ਹੈ। ਗੋ ਕਿ ਜਦੋਂ ਤੁਸੀਂ ਉਹਦੀ ਬਿਜਾਈ ਕਰੋਗੇ ਪਹਿਲੇ ਤਾਂ ਉਹਦੇ 'ਤੇ ਪਾਣੀ ਇੱਕੇ ਟਾਈਮ ਕਿ ਤੁਹਾਨੂੰ ਕੋਈ ਇੱਕ ਜਿਹੜਾ ਏਕੜ ਹੈ ਉਹਦੇ 'ਤੇ 10 ਤੋਂ 15 ਲੀਟਰ ਤੁਹਾਨੂੰ ਪਾਣੀ ਉਹਦੇ 'ਤੇ ਲਾਉਣਾ ਪਏਗਾ। ਔਰ ਅਗਰ ਅਸੀਂ ਐਵਰੇਜ ਇਹ ਕੱਢੀਏ ਕਿ 4 ਤੋਂ 5 ਲੀਟਰ ਦੀ ਡੇਲੀ ਜਿਹੜਾ ਮਜਬੂਰਨ ਇੱਕ ਛੋਟਾ ਕਿਸਾਨ ਉਸਨੂੰ ਪੀਟਰ ਇੰਜਨ ਜਾਂ ਡੀਜ਼ਲ ਇੰਜਨ ਦੇ ਰਾਹੀਂ ਸਾੜਨਾ ਪੈਣਾ ਹੈ, ਅਤੇ ਇਹ 1 ਏਕੜ ਦੀ ਐਵਰੇਜ ਜਿਹੜੀ ਮੌਜੂਦਾ ਕੋਈ 127 ਰੁਪਏ ਨੂੰ ਡੀਜ਼ਲ ਹੋ ਚੁੱਕਾ ਹੈ, ਇਹਦੇ ਨਾਲ ਕੋਈ 50 ਤੋਂ 60 ਹਜ਼ਾਰ ਦੇ ਦਰਮਿਆਨੇ ਬਣੇਗੀ। ਹੁਣ ਅਗਰ 50 ਤੋਂ 60 ਹਜ਼ਾਰ ਇਹ ਤੁਸੀਂ ਲਾਓਗੇ ਇਕੱਲੇ ਡੀਜ਼ਲ ਦੀ ਕਾਸਟ ਆ ਰਹੀ ਹੈ, ਅਤੇ ਫਿਰ ਬਾਕੀ ਜਦੋਂ ਉਹਨੇ ਹਲ ਵਾਹਣਾ ਹੈ ਉਹ ਮਸ਼ੀਨਰੀ ਜਿਹੜੀ ਉਹਦੇ ਵਿੱਚ ਯੂਜ਼ ਹੋਣੀ ਹੈ ਉਹ ਤੁਸੀਂ ਮਿਨੀਮਮ ਕੋਈ 10 ਹਜ਼ਾਰ ਦੇ ਕਰੀਬ ਵੀ ਲਾਓ, ਔਰ ਬਾਕੀ ਮਜ਼ਦੂਰੀ ਲਾਓ, ਬਾਕੀ ਸਾਰੀਆਂ ਚੀਜ਼ਾਂ ਲਾਓ, ਅਤੇ ਇੱਕ ਅੱਛਾ ਏਕੜ ਦੀ ਜਿਹੜੀ ਪੈਦਾਵਾਰ ਹੈ ਜਿਹੜਾ ਏਕੜ ਕੋਈ ਬਹੁਤ ਅੱਛਾ ਹੁੰਦਾ ਹੈ, ਕਿਉਂਕਿ ਮੈਂ ਖੁਦ ਛੋਟਾ ਜ਼ਿਮੀਦਾਰ ਹਾਂ ਮੈਨੂੰ ਪਤਾ ਇਸ ਚੀਜ਼ ਦਾ, ਉਹ ਕੋਈ 70 ਤੋਂ 80 ਹਜ਼ਾਰ ਦੇ ਵਿਚਕਾਰ ਉਹ ਕਿੱਲਾ ਇੱਕ ਜਿਹੜਾ ਏਕੜ ਹੈ ਉਹ ਹੋ ਪਾਉਂਦਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹਦੇ ਵਿੱਚ ਜ਼ਿਮੀਦਾਰ ਫਿਰ ਸਰਵਾਈਵਲ ਕਿਸ ਤਰ੍ਹਾਂ ਕਰ ਸਕਦਾ ਹੈ? ਸੋ ਜਦੋਂ ਜ਼ਿਮੀਦਾਰ ਸਰਵਾਈਵਲ ਨਹੀਂ ਕਰੇਗਾ, ਜ਼ਰਾਤ ਸਰਵਾਈਵਲ ਨਹੀਂ ਕਰ ਸਕੇਗੀ, ਔਰ ਉਹਦੀ ਫਿਰ ਸੂਰਤ ਹਾਲ ਇਹੀ ਪੈਦਾ ਹੋਏਗੀ ਜੋ ਅੱਜ ਹੈ ਕਿ ਅਸੀਂ ਦੁਨੀਆ ਭਰ ਦੇ ਵਿੱਚ ਦੇਖੀਏ ਅਤੇ ਅਸੀਂ ਜ਼ਰਾਤ ਦੇ ਵਿੱਚ ਬਹੁਤ ਪਿੱਛੇ ਜਾ ਰਹੇ ਹਾਂ। ਉਹ ਚੀਜ਼ ਜਿਹੜੀ ਇਸ ਮੁਲਕ ਦੀ ਬੈਕਬੋਨ ਹੈ, ਜਿਸ ਦੀ ਬੁਨਿਆਦ 'ਤੇ ਮੁਲਕ ਅੱਗੇ ਆ ਸਕਦਾ ਹੈ। ਹਰ ਮੁਲਕ ਦੀਆਂ ਕੁਛ ਮਖਸੂਸ ਮਾਦਨੀਆਤ ਹੁੰਦੀਆਂ ਹਨ, ਕੁਛ ਜ਼ਮੀਨੀ ਹਕਾਇਕ ਹੁੰਦੇ ਨੇ ਜਿਨ੍ਹਾਂ ਦੀ ਬੁਨਿਆਦ 'ਤੇ ਮੁਲਕ ਤਰੱਕੀ ਕਰਦੇ ਨੇ। ਪਾਕਿਸਤਾਨ ਦੀ ਔਰ ਖਾਸ ਕਰ ਪੰਜਾਬ ਸੂਬੇ ਦੀ ਉਹ ਜ਼ਰਾਤ ਹੀ ਹੈ, ਔਰ ਜ਼ਰਾਤ ਨੂੰ ਦਿਨ ਬ ਦਿਨ ਇਹਨਾਂ ਡੀਜ਼ਲ ਦੀਆਂ ਵਧੀਆਂ ਕੀਮਤਾਂ ਇਹਨਾਂ ਸਾਰਿਆਂ ਨੇ ਉਹ ਕਿਸਾਨ ਦਾ ਬੁਰਾ ਹਾਲ ਕਰ ਦਿੱਤਾ, ਔਰ ਜ਼ਰਾਤ ਦਾ ਬੁਰਾ ਹਾਲ ਹੋ ਰਿਹਾ। ਅਸੀਂ ਚਾਹਵਾਂਗੇ ਕਿ ਮੌਜੂਦਾ ਵਜ਼ੀਰ ਆਜ਼ਮ ਔਰ ਵਜ਼ੀਰ ਆਲਾ ਪੰਜਾਬ ਕੋਈ ਇਹਦੀ ਦਰਮਿਆਨੀ ਕੋਈ ਰਸਤਾ ਕੱਢਣ ਕਿ ਇਹਨੂੰ ਸਾਨੂੰ ਕਿਵੇਂ ਲੈ ਕੇ ਚੱਲਣਾ ਚਾਹੀਦਾ ਹੈ, ਕਿਸਾਨ ਕਿਵੇਂ ਬਚ ਸਕਦਾ ਹੈ। ਜਿਹੜੀ ਮਹਿੰਗਾਈ ਹੈ, ਮਹਿੰਗਾਈ 'ਤੇ ਅਗਰ ਤੁਹਾਡੇ ਤੋਂ ਕੰਟਰੋਲ ਨਹੀਂ ਪਾਇਆ ਜਾ ਰਿਹਾ ਤਾਂ ਫਿਰ ਤੁਹਾਨੂੰ ਜ਼ਰਾਤ ਨੂੰ ਬਚਾਉਣ ਵਾਸਤੇ ਕੀ ਕਰਨਾ ਚਾਹੀਦਾ ਹੈ? ਐਸੇ ਕੁਛ ਕਦਮ ਸਾਨੂੰ ਚੁੱਕਣੇ ਪੈਣੇ। ਜੀ ਬਹੁਤ ਸ਼ੁਕਰੀਆ ਵੱਡੂ ਸਾਹਿਬ, ਤੁਸੀਂ ਗੱਲ ਕੀਤੀ ਇਹਦੇ ਉੱਤੇ, ਆਏ ਹੋ ਇੱਥੇ ਪ੍ਰੋਗਰਾਮ ਦੇ ਵਿੱਚ, ਔਰ ਬੜੀ ਤਫਸੀਲ ਨਾਲ ਦੱਸਿਆ ਕਿ ਜਿਹੜਾ ਡੀਜ਼ਲ ਦੀ ਕੀਮਤ ਵੱਧ ਰਹੀ ਹੈ ਉਹਦੇ ਨਾਲ ਕੀ ਨੁਕਸਾਨਾਤ ਹੋਣਗੇ, ਔਰ ਖਸੂਸਨ ਕਿਸਾਨ ਆ ਜਿਹੜਾ ਜਿਹੜਾ ਪੰਜਾਬ ਦਾ ਕਿਸਾਨ ਪਹਿਲੀ ਪਿਸ ਰਿਹਾ ਵਾ, ਉਦੋਂ ਹੋਰ ਕੀ ਮਿਸਾਇਲ ਬਣ ਜਾਣਗੇ ਅਤੇ ਉਹ ਹੋਰ ਉਹਦਾ ਕਿੱਦਾਂ ਲੱਕ ਟੁੱਟ ਜਾਏਗਾ। ਬਹੁਤ ਮਿਹਰਬਾਨੀ ਤੁਹਾਡੀ, ਅਸੀਂ ਆਉਂਦੇ ਰਹਾਂਗੇ ਪ੍ਰੋਗਰਾਮ ਬੈਠਕ ਦੇ ਨਾਲ, ਮਜ਼ੀਦ ਮਿਸਾਇਲ ਵੀ ਡਿਸਕਸ ਕਰਦੇ ਰਹਾਂਗੇ, ਜ਼ਰੂਰ ਦੇਖਦੇ ਰਹਿਣਾ ਪੰਜਾਬੀ ਪ੍ਰਚਾਰ TV ਅਤੇ ਖਸੂਸਨ ਪ੍ਰੋਗਰਾਮ ਬੈਠਕ। ਮੈਨੂੰ ਇਜਾਜ਼ਤ ਦਿਓ, ਮੇਜ਼ਬਾਨ ਮੀਆਂ ਆਸਫ ਅਲੀ ਨੂੰ ਕੱਲ੍ਹ ਮੁਲਾਕਾਤ ਹੋਏਗੀ।